अपने चंगे भविख ते घर दी माली हालत सुधारण लई आस्ट्रेलिया गए पंजाबी नौजवान दी दर्दनाक हादसे दे विच मौत हो गई है। नौजवान जिस ट्रक नू चला रहा सी उस दे विच बहुत ज्यादा लोड सी जिस कारण ट्रक दा संतुलन विगड़ गया ते ट्रक एक दरखत दे विच जा बचिया जिस कारण ट्रक नू भयानक अग लग गई। पर इस हादसे दे दौरान नौजवान अपने आप नू बचा नहीं सकिया ते अग दे विच ही झुलस गया अते नौजवान दी मौत हो गई। यह खबर जिवें ही परिवार नू पता लगी घर दे विच मातम छा गया परिवार दा रो रो के बुरा हाल हो गया। नौजवान अमृतसर दी तहसील अजनाला दा रहण वाला सी जिसका नाम भगवंत सिंह सी जो आस्ट्रेलिया दे मेलबोर्न दे विच ट्रक चलाउण दा काम करदा सी। इस मौके परिवार ने दस्सिया कि उन्हां नू फोन आया कि उन्हां दे पुत दे ट्रक नू अग लग गई है जिस कारण उन्हां दा पुत ट्रक दे विच ही जल गया ते उसकी मौत हो गई। इस मौके भगवंत सिंह दे दादे परमजीत सिंह ने दस्सिया कि करीब सवा महीने पहला ही उसका पोता प्यो बनिया सी अते पुत ने जन्म लिया सी अते खुशी दे विच उसदे पोते ने पार्टी भी कीती सी अते दसंबर दे विच भगवंत ने भारत आउणा सी अते गुरु घर मत्था टेकणा सी पर उस तो पहला ही उसदे पोते भगवंत सिंह दी दर्दनाक मौत हो गई है। हुण भगवंत सिंह अपने सवा महीने दे मासूम पुत पत्नी ते अपने पूरे परिवार नूं छड्ड के हमेशा हमेशा लई दुनिया तो चला गया जिसका उन्हां नूं बहुत दुख है। जानकारी मुताबिक भगवंत सिंह अपने मापिया का सब तो वड्डा पुत सी अते 3 साल पहला ही आस्ट्रेलिया गया सी। बेटा सी तकरीबन 3 साल हो गए गए नूं आस्ट्रेलिया दे विच साडी जिहड़ी लड़की आ उहनूं तकरीबन 9.5 साल हो गए गई नूं मैरिज होई सी इहदी आस्ट्रेलिया दे विच। इह उत्थे ट्रैकिंग दा काम करदा सी ਅਤੇ ਵਾਪਸੀ 'ਤੇ ਆ ਰਿਹਾ ਸੀ। ਟੋਟਲ ਸਫ਼ਰ 700 ਮੀਲ ਦਾ ਸੀ, 500 ਕਵਰ ਕਰ ਗਿਆ, 200 ਅਜੇ ਘਰ ਦੇ ਲਾਗੇ ਰਹਿ ਗਿਆ ਸੀ ਕਰਨ ਵਾਲਾ। ਗੱਡੀ ਜਿਹੜੀ ਸੀ ਉਹ ਲੋਡਡ ਸੀ, ਬੇਕਾਬੂ ਹੋ ਕੇ ਦਰਖਤ ਜਾ ਟਕਰਾਈ, ਟਕਰਾਉਂਦਿਆਂ ਸਾਰੀ ਜਿਹੜੀ ਆ ਸਾਰੀ ਜਿਹੜੀ ਟ੍ਰੇਲਰ ਸੀ ਉਹਨੂੰ ਅੱਗ ਲੱਗ ਗਿਆ। ਕੰਟਰੋਲ ਜਿਹੜਾ ਮੌਕੇ 'ਤੇ ਹੋ ਨਹੀਂ ਸਕਿਆ ਅਤੇ ਸਾਰੀ ਗੱਡੀ ਝੁਲਸ ਗਈ। ਉਹਨੂੰ ਡੈੱਡ ਬੋਡੀ ਦਾ ਅਜੇ ਕਨਫਰਮ ਨਹੀਂ ਹੋ ਰਿਹਾ, ਬੱਚੀ ਆ ਜਾਂ ਨਹੀਂ ਬੱਚੀ, ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸਹੀ। ਅਸੀਂ ਜਾਵਾਂਗੇ, ਜਾ ਕੇ ਪਤਾ ਕਰਾਂਗੇ ਅਤੇ ਉਸ ਹਿਸਾਬ ਨਾਲ ਜਿਹੜਾ ਅਸੀਂ ਡੈੱਡ ਬੋਡੀ ਨੂੰ ਇੱਧਰ ਲਿਆਵਾਂਗੇ। ਫੈਮਿਲੀ 'ਚ ਉੱਥੇ ਸਿਰਫ ਉਹਦੀ ਘਰਵਾਲੀ ਆ ਜਾਂ ਉਹਦਾ ਬੇਟਾ 1.25 ਸਾਲ ਦਾ। ਮਨ ਵਿੱਚ ਬਹੁਤ ਚਾਅ ਸੀ, ਜਦੋਂ ਪਿਛਲੇ ਸਾਲ ਆਇਆ ਇੱਥੋਂ 1.5 ਸਾਲ ਹੋਇਆ ਏ, ਇਸਦੇ ਸਾਰਿਆਂ ਨੂੰ ਮਿਲ ਕੇ ਗਿਆ ਏ ਅਤੇ ਬੱਚੇ ਦੀ ਜਿਹੜੀ ਸੀ ਉੱਥੇ ਇਹਨਾਂ ਨੇ ਆ 1 ਮਹੀਨਾ ਪਹਿਲੋਂ ਜਨਮਦਿਨ 'ਤੇ ਪਾਰਟੀ ਰੈਸਟੋਰੈਂਟ 'ਚ ਕਰਕੇ ਬੜਾ ਖੁਸ਼ ਸੀ, ਬਕਾਇਦਾ ਆਪਣੀਆਂ ਯਾਦਾਂ ਖੇਲੀਆਂ ਛੱਡ ਗਿਆ। ਇੱਥੇ ਇਹਨੇ ਦਸੰਬਰ ਦੇ ਵਿੱਚ ਆਉਣਾ ਸੀ, ਜਨਵਰੀ ਇਹਨੇ ਰਹਿ ਕੇ ਇੱਥੇ ਉਹ ਲਿਖਿਆ ਸੀ ਕਿ ਸਾਰੇ ਸੱਜਣਾ ਮਿੱਤਰਾਂ ਨੂੰ ਬੁਲਾ ਕੇ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ ਅਤੇ ਨਾਲੇ ਸਾਰੇ ਭੈਣ ਭਰਾ ਇੱਥੇ ਮਿਲ ਜਾਣਗੇ ਕਿਉਂਕਿ ਉਹ ਸਾਡੇ ਪਰਿਵਾਰ ਦੇ ਵਿੱਚ ਪਹਿਲੀ ਕਿਲਕਾਰੀ ਬੇਟੇ ਨੇ ਅਕਾਲ ਸਿੰਘ ਨੇ ਮਾਰੀ ਕਿ ਸਾਡੇ ਪਰਿਵਾਰ ਦਾ ਇੱਕ ਪਹਿਲਾ ਸਾਡਾ ਪੋਤਰਾ ਸੀ, ਵੱਡਾ ਇਹ ਸੀ। ਇੰਨੀਆਂ ਬੜੀਆਂ ਉਹਨੂੰ ਖੁਸ਼ੀਆਂ ਸੀ ਕਿ ਮੈਂ ਪਿਓ ਬਣਿਆ, ਸਾਨੂੰ ਇਹ ਸੀ ਕਿ ਅਸੀਂ ਦਾਦੇ ਬਣੇ। ਪਤਾ ਨਹੀਂ ਪਰਮਾਤਮਾ ਨੂੰ ਕੀ ਮਨਜ਼ੂਰ ਸੀ। ਹਾਂਜੀ ਹਾਂਜੀ, ਮੇਰੀ ਕੱਲ੍ਹ ਗੱਲ ਹੋਈ ਸੀ ਅਤੇ ਗੱਡੀ ਚਲਾ ਰਿਹਾ ਸੀ, ਚੱਲਦਿਆਂ ਚੱਲਦਿਆਂ ਜਾ ਰਿਹਾ ਸੀ ਕਿ ਮੇਰਾ ਜਿਹੜਾ ਵਾਪਸੀ ਦਾ ਲੋਡ ਆ ਇਹਨੇ ਉੱਥੋਂ ਜਦੋਂ ਚੱਲਿਆ ਇੰਗਲੈਂਡ ਤੋਂ ਉੱਥੋਂ ਨਹੀਂ ਲੋਡ ਮਿਲਿਆ, ਇਹਨੇ ਰਸਤੇ 'ਚ ਲੋਡ ਇਹਨੂੰ ਚੱਕਿਆ ਹੈ।
ਠੀਕ ਠਾਕ ਸੀ, ਗੱਲਾਂ ਬਾਤਾਂ ਕਰਦੇ ਰਹੇ, ਪਰਿਵਾਰਕ ਗੱਲਾਂ ਚੱਲਦੇ ਰਹੀਆਂ। ਸਾਡਾ ਗਰੁੱਪ ਜਿਹਾ ਬਣਿਆ ਪਰਿਵਾਰ ਦਾ, ਸਾਰੇ 4 ਬੱਚਿਆਂ ਦਾ ਹੀ, 5 ਦਾ ਗਰੁੱਪਿੰਗ ਦੇ ਵਿੱਚ ਸਾਰੇ ਜਿਹੜੇ ਇੱਕ ਦੂਜੇ ਨੂੰ ਹਾਸਾ ਮਜ਼ਾਕ ਠੱਠੇ ਕਰਦੇ ਰਹੇ। ਇਹ ਪਤਾ ਨਹੀਂ ਸੀ ਕਿ ਮੇਰਾ ਕੱਲ੍ਹ ਦਿਨ ਮੈਂ ਤੁਹਾਨੂੰ ਵਿਖਾਈ ਨਹੀਂ ਦੇਣੀ ਬਿਲਕੁਲ। ਸਵੇਰੇ ਕਿੱਦਾਂ ਪਤਾ ਲੱਗਾ? ਸਵੇਰੇ ਅਸੀਂ ਤਾਂ ਤਿਆਰ ਹੋ ਰਹੇ ਸੀ ਡਿਊਟੀ ਦੇ, ਅਤੇ ਕੁਦਰਤੀ ਲਾਈਵ ਪ੍ਰੋਗਰਾਮ ਇਹਨਾਂ ਦਾ ਸਾਡਾ ਆ ਰਿਹਾ ਸੀ, ਇਕੱਠੇ ਹੋਏ ਸੀ ਬੱਚੇ, ਅਤੇ ਇਹਨੂੰ ਸਗੋਂ ਐਡ ਕਰਨਾ ਸੀ, ਅਤੇ ਅਸੀਂ ਜਲਦੀ ਜਲਦੀ ਇਲੈਕਸ਼ਨ ਕਰਕੇ ਅਸੀਂ ਕਿਹਾ ਵੀ ਚਲੋ ਇਲੈਕਸ਼ਨ ਡਿਊਟੀਆਂ ਵੰਡਣੀਆਂ ਹੈ, ਅਤੇ ਸਾਰੇ ਐਡ ਹੋ ਗਏ, ਫਿਰ ਟਾਈਮ ਲੱਗ ਜਾਂਦਾ ਹੈ। 8:30 ਸਕੂਲ ਲੱਗਦਾ ਸੀ, 8 ਵਜੇ ਜਿਹੜਾ ਆ ਅਸੀਂ ਲਾਈਵ ਜਦੋਂ ਇਹ ਹੋਇਆ, ਅਤੇ ਉਦੋਂ ਅਚਨਚੇਤ ਪੁਲਿਸ ਦਾ ਉੱਤੋਂ ਪੁਲਿਸ ਸਟੇਸ਼ਨ ਦੇ ਉੱਤੋਂ ਫੋਨ ਆਇਆ ਹੈ ਕਿ ਇਸ ਟਰੱਕ ਨੰਬਰ ਦਾ ਜਿਹੜਾ ਐਕਸੀਡੈਂਟ ਹੋ ਗਿਆ ਹੈ, ਅਤੇ ਇਸ ਭਗਵੰਤ ਸਿੰਘ ਨਾਂ ਦਾ ਜਿਹੜਾ ਵਿੱਚ ਡਰਾਈਵਰ ਸੀ ਉਹ ਨਹੀਂ ਰਿਹਾ। ਮਾਂ ਪਿਓ ਆਪਣੇ ਬੱਚਿਆਂ ਨੂੰ ਇੱਦਾਂ ਵਿਦੇਸ਼ ਭੇਜਦੇ ਆ, ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਤਾਂ ਕਿਸ ਤਰੀਕੇ ਦੀ ਸਿਲਸਿਲਾ ਆ? ਵੀ ਬੇਸ਼ੱਕ ਸਾਡੇ ਦਾਦਾ ਜੀ ਫਰੀਡਮ ਫਾਈਟਰ ਹੋਏ ਆ, ਸੁਤੰਤਰਤਾ ਸੰਗਰਾਮ ਹੋਇਆ, ਦੇਸ਼ ਨੂੰ ਆਜ਼ਾਦ ਕਰਾਇਆ ਹੈ, ਪਰ ਜਦੋਂ ਅਸੀਂ ਬਾਹਰਲੇ ਦੇਸ਼ਾਂ 'ਚ ਪ੍ਰਵੇਸ਼ ਕੀਤਾ ਹੈ ਕਿ ਚੰਗਾ ਸਿਸਟਮ ਉੱਥੇ ਆ, ਇੱਥੇ ਜੇ ਸਿਸਟਮ ਚੰਗਾ ਹੋਵੇ ਤਾਂ ਸਾਨੂੰ ਭੇਜਣ ਦੀ ਲੋੜ ਹੀ ਨਹੀਂ। ਇੱਥੇ ਭਾਵੇਂ ਅਕਾਲੀ ਆਵੇ, ਕਾਂਗਰਸ ਆਵੇ, ਕੋਈ ਸਰਕਾਰ ਆਵੇ, ਇੱਥੇ ਦੇ ਸਿਸਟਮ ਦਾ ਤਹਿਸ ਨਹਿਸ ਕਰਕੇ ਰੱਖਦਾ ਹੈ। ਦੁਖੀ ਹੋਏ ਪਏ, ਜੇ ਇੱਥੇ ਰੁਜ਼ਗਾਰ ਮਿਲਦਾ ਹੋਵੇ ਤਾਂ ਘਾਟਾ ਕਾਹਦਾ ਹੈ, ਫਿਰ ਅਸੀਂ ਕਿਉਂ ਬੱਚੇ ਪ੍ਰਦੇਸ਼ਾਂ 'ਚ ਭੇਜੀਏ? ਦੇਖਿਆ ਜਾਂਦਾ ਕਿ ਜ਼ਿਆਦਾਤਰ ਪਰਿਵਾਰ ਜਿਹੜੇ ਹੁੰਦੇ ਨੇ ਆਰਥਿਕ ਮੰਦਹਾਲੀ ਇਹਨਾਂ ਦੀ ਹੁੰਦੀ ਨੇ, ਕਾਫੀ ਵੀਕ ਹੁੰਦੇ ਨੇ, ਜਿਹੜਾ ਇਕਨੋਮਿਕਲੀ ਉਹ ਜਾਂਦੇ ਨੇ, ਪਰ ਤੁਹਾਡਾ ਥੋੜ੍ਹਾ ਇਕਨੋਮਿਕਲੀ ਵੀ ਤੁਸੀਂ ਠੀਕ ਹੋ, ਫਿਰ ਵੀ ਬੱਚੇ ਭੇਜਣ ਦਾ? ਨਹੀਂ, ਇਹ ਇਸ ਤਰ੍ਹਾਂ ਆ ਕਿ ਜੇ ਬੱਚੇ ਅਤੇ ਜੇ ਅਸੀਂ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਆ, ਅਤੇ ਉਹਨਾਂ ਦੇ ਵਾਸਤੇ ਰੁਜ਼ਗਾਰ ਤਾਂ ਚਾਹੀਦਾ ਹੀ ਆ, ਇਕੱਲਾ ਜ਼ਮੀਨ ਜਾਇਦਾਦਾਂ ਨੂੰ ਵਾਸਤਾ ਨਹੀਂ, ਇੰਨੀਆਂ ਪੜ੍ਹਾਈਆਂ ਕਰਨੀਆਂ, ਹਰ ਇੱਕ ਬੰਦਾ ਚਾਹੁੰਦਾ ਹੈ ਕਿ ਮੈਂ ਸਰਕਾਰੀ ਰੁਜ਼ਗਾਰ 'ਤੇ ਆਵਾਂ, ਅਤੇ ਸਰਕਾਰੀ ਰੁਜ਼ਗਾਰ ਜਿਹੜਾ ਇਹ ਮਿਲਣਾ ਇੰਪੋਸੀਬਲ ਆ। ਜਿਹੜਾ ਜੇ ਅਸੀਂ ਇੱਥੇ ਬੱਚੇ ਨੂੰ ਕਿਸੇ ਅਫਸਰੀ ਰੈਂਕ 'ਚ ਭੇਜਦੇ ਹਾਂ, ਪ੍ਰੈਸ਼ਰਾਈਜ਼ ਇੰਨਾ ਜ਼ਿਆਦਾ ਪ੍ਰੈਸ਼ਰ ਉੱਤੋਂ ਪੋਲੀਟੀਕਲੀ ਕਿ